ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਮੋਦੀ ਨੂੰ ਕਿਸਾਨ ਬਿੱਲਾਂ ਦੀ ਅੜੀ ਪੈ ਗਈ ਮਹਿੰਗੀ ਆ ਗਈ ਵੱਡੀ ਖਬਰ ਲੱਗ ਗਿਆ ਝਟਕਾ ਮੂੰਹ ਰਹਿ ਗਿਆ ਅੱਡੇ ਦਾ ਅੱਡਾ ਸੋ ਤੁਹਾਡੇ ਨਾਲ ਪੂਰੀ ਖਬਰ ਪੂਰੀ ਡਿਟੇਲ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਨਵੀਰਾਂ ਦੇ ਨਾਲ ਸਾਣ ਜਥੇ ਬੰਦੀਆਂ ਦੇ ਆਗੂਆਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਂਝਾ ਕਰਿਓ ਤਾਂ ਜੋ ਹਰ ਇੱਕ ਪੰਜਾਬ ਵਾਸੀ ਨੂੰ ਪਤਾ ਲੱਗ ਸਕੇ ਇਸ ਵੇਲੇ ਦੀ ਲੇਟੈਸਟ ਅਪਡੇਟ ਦਾ ਵੱਡੀ ਜਾਣਕਾਰੀ ਦਾ ਖਬਰ ਦੀ ਸ਼ੁਰੂਆਤ ਕਰਦੇ ਹਾਂ ਜੀ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਸ ਸਮੇਂ ਰਾਜਸਥਾਨ ਤੋਂ ਖਬਰ ਆ ਰਹੀ ਹੈ ਜੀ ਸੂਬੇ ਅੰਦਰ ਭਾਜਪਾ ਦੀ ਭਾਈਵਾਲ ਪਾਰਟੀ ਰਾਸ਼ਟਰੀ ਲੋਕਤੰਤਰ ਪਾਰਟੀ ਨੇ ਆਪਣਾ ਰਿਸ਼ਤਾ ਨਾਤਾ ਭਾਜਪਾ ਨਾਲੋਂ ਤੋੜ ਲਿਆ ਇਸ ਪਿੱਛੇ ਕਾਰਨ ਮੋਦੀ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦਾ ਵਤੀਰਾ ਮੰਨਿਆ ਜਾ ਰਿਹਾ Rajasthan ਦੀ ਰਾਸ਼ਟਰੀ ਲੋਕਤੰਤਰ ਪਾਰਟੀ ਦੇ ਪ੍ਰਧਾਨ ਹਨੂਮਾਨ ਬੈਣੀਵਾਲ ਨੇ ਇਸ ਗੱਲ ਦਾ ਐਲਾਨ ਕੀਤਾ ਜੀ ਹਨੂਮਾਨ ਬੈਣੀਵਾਲ ਨੇ ਰਾਸ਼ਟਰੀ ਲੋਕਤੰਤਰ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ Rajasthan ਦੇ ਨਾਗੌਰ ਤੋਂ ਲੋਕ ਸਭਾ ਮੈਂਬਰ ਵੀ ਹਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆਖਿਆ ਕਿ ਉਹ ਭਾਜਪਾ ਪਾਰਟੀ ਦਾ ਸਾਥ ਇਸ ਵਜ੍ਹਾ ਕਰਕੇ ਛੱਡ ਰਹੇ ਹਨ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਖੇਤੀ ਅੰਦੋਲਨ ਕਰਕੇ ਆਪਣਾ ਵਤੀਰਾ ਠੀਕ ਨਹੀਂ ਕਰ ਰਹੀ ਇਸ ਦੇ ਨਾਲ ਉਸਨੇ ਰਾਜਸਥਾਨ ਸੂਬੇ ਦੇ ਅਲਵਰ ਜ਼ਿਲ੍ਹੇ ਦੇ ਵਿੱਚ ਸਹਾਜਨਪੁਰ ਖੇੜਾ ਬਾਰਡਰ ਉੱਪਰ ਪ੍ਰਦਰਸ਼ਨ ਕਰਦੇ ਹੋਏ ਤਮਾਮ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਉਸੀ ਉਸ ਕਿਸੇ ਵੀ ਸਰਕਾਰ ਦਾ ਸਾਥ ਨਹੀਂ ਦੇਵਾਂਗੇ ਜੋ ਭਾਜਪਾ ਤੇ ਕਿਸਾਨਾਂ ਦੇ ਵਿਰੋਧੀ ਹੋਣਗੇ ਸੋ ਦੋਸਤੋ ਜੇਕਰ ਤੁਹਾਨੂੰ ਵੀ ਲੱਗਦਾ ਮੋਦੀ ਭਾਜਪਾ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹੋ ਕਿਸਾਨਾਂ ਦੀ ਵਿਰੋਧੀ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਅਸੀਂ ਤੁਹਾਨੂੰ ਦੱਸਣਾ ਚਾਉਂਦੇ ਹਾਂ ਕਿ ਭਾਜਪਾ ਪਾਰਟੀ ਦੀਆਂ ਮੁਸ਼ਕਲਾਂ ਦਿਨ ਬਾ ਦਿਨ ਵਧਦੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਮੇਤ ਹੋਰ ਸੂਬਿਆਂ ਦੇ ਵਿੱਚ ਸਿਆਸੀ ਆਗੂਆਂ ਵੱਲੋਂ ਭਾਜਪਾ ਪਾਰਟੀ ਦੇ ਨਾਲ ਆਪਣਾ ਸਬੰਧ ਤੋੜ ਲਿਆ ਗਿਆ ਇਹ ਸਾਰੇ ਸਬੰਧਤ ਲੋਕਾਂ ਵੱਲੋਂ ਭਾਜਪਾ ਪਾਰਟੀ ਨਾਲੋਂ ਵੱਖ ਹੋਣ ਦਾ ਕਾਰਨ ਮੋਦੀ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਸਖਤ ਰਵਈਆ ਇਸੋ ਸਖਤ ਰਵਈਆ ਮੋਦੀ ਨੇ ਅਪਣਾਇਆ ਹੋਇਆ ਹੈ ਪਰ ਇਸ ਰਵਈਏ ਦੇ ਵਿੱਚ ਕਰ ਲਗਾਤਾਰ ਮੋਦੀ ਸਰਕਾਰ ਝਟਕੇ ਤੇ ਝਟਕੇ ਖਾ ਰਹੀ ਆ ਜੀ ਬਿਗ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਜਿੱਦਾਂ ਕੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ 26 ਜਾਂ 27 ਤਰੀਕ ਨੂੰ ਵੱਡਾ ਐਲਾਨ ਕਰਨਾ ਹੈ ਜਿਹੜੇ ਕੀ ਰਾਜਸਥਾਨ ਦੇ ਪਾਰ ਪਾਰਟੀ ਆ ਜੀ ਰਾਸ਼ਟਰੀ ਲੋਕਤੰਤਰ ਪਾਰਟੀ ਉਹਨਾਂ ਨੇ ਆਪਣਾ ਜਿਹੜਾ ਰਿਸ਼ਤਾ ਨਾਤਾ ਤੋੜ ਲਿਆ ਜੀ ਹਨੂਮਾਨ ਬੈਣੀਵਾਲ ਨੇ ਉਹਨਾਂ ਦੇ ਪ੍ਰਧਾਨ ਸੋ ਉਹਨਾਂ ਨੇ ਪਹਿਲਾਂ ਵੀ ਅਵੇਅਰ ਕੀਤਾ ਸੀ ਵੀ ਜੇਕਰ ਮੋਦੀ ਨੇ 26 ਦਸੰਬਰ ਤੱਕ ਖੇਤੀ ਕਾਨੂੰਨ ਵਾਪਸ ਨਾ ਲਿਆ ਤਾਂ ਉਹ ਆਪਣਾ ਰਿਸ਼ਤਾ ਪਾਰਟੀ ਦੇ ਨਾਲੋਂ ਤੋੜ ਲੈਣਗੇ ਹੁਣ ਉਹ 2 ਲੱਖ ਕਿਸਾਨਾਂ ਦਾ ਜਥਾ ਲੈ ਕੇ ਦਿੱਲੀ ਬਾਰਡਰ ਦੇ ਵੱਲ ਬੜੇ ਹੀ ਜਲਦੀ ਕੂਚ ਕਰਨਗੇ ਸੋ ਬਿਗ ਬ੍ਰੇਕਿੰਗ ਨਿਊਜ਼ ਆ ਦੋਸਤੋ ਵੀਡੀਓ ਦੇਖਣ ਦੀ ਤੁਹਾਡਾ ਧੰਨਵਾਦ